ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਕੱਚੇ ਅੰਬ, ਯਾਨੀ ਕਿ ਕੈਰੀ ਅਤੇ ਪਿਆਜ਼ ਦੀ ਖੱਟੀ ਮਿੱਠੀ ਸਬਜ਼ੀ। ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਫਰੈਂਡਸ, ਤੁਸੀਂ ਉਂਗਲਾਂ ਚੱਟਦੇ ਰਹਿ ਜਾਓਗੇ। ਇੱਕ ਵਾਰ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ, ਜੇਕਰ ਪਸੰਦ ਆਵੇ ਤਾਂ ਲਾਈਕ, ਸ਼ੇਅਰ, ਕਮੈਂਟ ਕਰਿਓ। ਅਤੇ ਫਰੈਂਡ, ਇਸ ਵਾਸਤੇ ਮੈਂ ਇੱਥੇ ਦੋ ਕੈਰੀਆਂ ਲੈ ਲਈਆਂ ਨੇ, ਮੀਡੀਅਮ ਸਾਈਜ਼ ਦੀਆਂ ਕੱਚੇ ਅੰਬ, ਅਤੇ 3 ਪਿਆਜ਼, 2 ਬੜੇ ਸਾਈਜ਼ ਵਾਲੀਆਂ ਹਰੀਆਂ ਮਿਰਚਾਂ। ਇਹ ਮਿਰਚਾਂ ਤੁਸੀਂ ਜ਼ਰੂਰ ਪਾਇਓ ਜੇਕਰ ਤੁਹਾਡੇ ਕੋਲ ਹੋਵੇ, ਅਤੇ ਨਾਲੇ 8-10 ਲਸਣ ਦੀਆਂ ਕਲੀਆਂ। ਅਤੇ ਅੰਬ ਨੂੰ ਆਪਾਂ ਇਸ ਤਰੀਕੇ ਨਾਲ, ਕੱਚੇ ਅੰਬ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਕੇ ਤਿਆਰ ਕਰ ਲਵਾਂਗੇ, ਅਤੇ ਆਪਾਂ ਇਸ ਸਬਜ਼ੀ ਵਿੱਚ ਗੁਠਲੀ ਦਾ ਇਸਤੇਮਾਲ ਵੀ ਕਰਾਂਗੇ। ਅਤੇ ਪਿਆਜ਼ ਨੂੰ ਆਪਾਂ ਲੰਬਾ ਲੰਬਾ ਕੱਟ ਲਵਾਂਗੇ, ਇਸ ਤਰੀਕੇ ਨਾਲ ਪਤਲਾ ਅਤੇ ਲੰਬਾ ਆਪਾਂ ਕੱਟਣਾ। ਪਿਆਜ਼ ਨੂੰ ਆਪਾਂ ਸਬਜ਼ੀ ਵਿੱਚ ਕਰੰਚੀ ਹੀ ਰੱਖਣਾ ਹੈ, ਤਾਂ ਹੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ। ਅਤੇ ਮੈਂ ਇੱਥੇ 3 ਪਿਆਜ਼ ਯੂਜ਼ ਕਰਾਂਗੀ, ਤੁਸੀਂ 1 ਪਿਆਜ਼ ਹੋਰ ਵੀ ਪਾ ਸਕਦੇ ਹੋ। ਅਤੇ 2 ਹਰੀਆਂ ਮਿਰਚਾਂ ਮੈਂ ਇੱਥੇ ਲਈਆਂ ਨੇ, ਇਹਨਾਂ ਦੀ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਇਸ ਸਬਜ਼ੀ ਵਿੱਚ ਆਵੇਗੀ। ਅਤੇ ਤੁਸੀਂ ਇਸ ਜਿਹੜੀਆਂ ਇਹ ਮਿਰਚਾਂ ਹੈ, ਇਹ ਹੋਏ ਤਾਂ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ, ਜੇਕਰ ਇਹ ਨਾ ਹੋਏ ਤਾਂ ਤੁਸੀਂ ਦੂਜੀਆਂ ਮਿਰਚਾਂ ਵੀ ਪਾ ਸਕਦੇ ਹੋ ਹਰੀਆਂ। ਅਤੇ ਮਿਰਚਾਂ ਨੂੰ ਵੀ ਮੈਂ ਕੱਟ ਲਿਆ, ਅਤੇ ਲਸਣ ਹੈ ਜਿਹੜਾ, ਇਹਨਾਂ ਨੂੰ ਆਪਾਂ ਪੀਸ ਕੇ ਤਿਆਰ ਕਰ ਲਵਾਂਗੇ। ਅਤੇ ਇੱਕ ਕੜਾਹੀ ਵਿੱਚ ਆਪਾਂ 2 ਟੇਬਲ ਸਪੂਨ ਮਸਟਰਡ ਓਇਲ ਗਰਮ ਕਰਾਂਗੇ। ਜਦੋਂ ਤੇਲ ਹਲਕਾ ਗਰਮ ਹੋ ਜਾਏ, ਉਦੋਂ 1/2 ਚਮਚ ਜੀਰਾ, 1/2 ਚਮਚ ਰਾਈ, ਅਤੇ 1/2 ਚਮਚ ਸੌਂਫ ਮੈਂ ਇੱਥੇ ਪਾਈਏ, ਅਤੇ ਥੋੜ੍ਹੀ ਜਿਹੀ ਆਪਾਂ ਪਾਵਾਂਗੇ ਇੱਥੇ ਮੇਥੀ ਦਾਣਾ, ਅਤੇ 1/4 ਚਮਚ ਆਪਾਂ ਪਾ ਦੇਵਾਂਗੇ ਇੱਥੇ ਹੀਂਗ। ਅਤੇ ਹੁਣ ਇਹਦੇ ਨਾਲ ਹੀ ਆਪਾਂ ਪਾਵਾਂਗੇ ਪਿਆਜ਼। ਪਿਆਜ਼ ਨੂੰ ਆਪਾਂ 1 ਮਿੰਟ ਵਾਸਤੇ ਹਾਈ ਫਲੇਮ 'ਤੇ ਭੁੰਨ ਲਵਾਂਗੇ, ਅਤੇ 1 ਮਿੰਟ ਤੋਂ ਬਾਅਦ ਆਪਾਂ ਪਾਵਾਂਗੇ ਲਸਣ। ਪਿਆਜ਼ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਾਂਗੇ, ਅਤੇ ਲਸਣ ਨੂੰ ਵੀ ਆਪਾਂ ਥੋੜ੍ਹੀ ਦੇਰ ਵਾਸਤੇ ਭੁੰਨ ਲਵਾਂਗੇ ਹਲਕਾ ਜਿਹਾ। ਅਤੇ ਹੁਣ ਪਾਵਾਂਗੇ ਮਸਾਲੇ, ਇੱਥੇ ਮੈਂ 1.5 ਚਮਚ ਲਾਲ ਮਿਰਚ ਪਾਊਡਰ ਲਵਾਂਗੀ, ਇਹ ਸਬਜ਼ੀ ਥੋੜ੍ਹੀ ਤਿੱਖੀ ਹੀ ਵਧੀਆ ਲੱਗਦੀ ਹੈ। ਅਤੇ 1.5 ਚਮਚ ਆਪਾਂ ਪਾਵਾਂਗੇ ਧਨੀਆ ਪਾਊਡਰ, 1/2 ਚਮਚ ਹਲਦੀ ਪਾਊਡਰ ਪਾਵਾਂਗੇ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਮਸਾਲੇ ਭੁੰਨਣ ਤੋਂ ਬਾਅਦ ਆਪਾਂ ਪਾਵਾਂਗੇ ਹਰੀਆਂ ਮਿਰਚਾਂ, ਅਤੇ ਇਹਨੂੰ ਵੀ ਆਪਾਂ ਕੁਝ ਸੈਕਿੰਡਾਂ ਵਾਸਤੇ ਮਿਕਸ ਕਰ ਦੇਵਾਂਗੇ। ਅਤੇ ਥੋੜ੍ਹਾ ਜਿਹਾ ਇੱਥੇ ਮੈਂ ਪਾਣੀ ਪਾਉਣ ਲੱਗੀ ਹਾਂ, ਹਲਕਾ ਜਿਹਾ, ਤਾਂ ਕਿ ਜਿਹੜੇ ਗਰਮ ਜਿਹੜੇ ਮਸਾਲੇ ਆਪਾਂ ਪਾਏ ਨੇ ਉਹ ਸੜ ਨਾ ਜਾਵੇ। ਅਤੇ ਪਾਣੀ ਨੂੰ ਆਪਾਂ ਮਿਕਸ ਕਰ ਦਿੰਦੇ ਹਾਂ, ਅਤੇ ਢੱਕਣ ਲਾ ਕੇ ਇਹਨੂੰ 2 ਮਿੰਟ ਵਾਸਤੇ ਪੱਕਣ ਦੇਵਾਂਗੇ, ਸਿਰਫ 2 ਮਿੰਟ ਵਾਸਤੇ। ਅਤੇ ਹੁਣ ਆਪਾਂ ਕੈਰੀ ਅਤੇ ਜਿਹੜੀਆਂ ਗੁਠਲੀਆਂ ਉਹ ਵੀ ਆਪਾਂ ਪਾਉਣ ਲੱਗੇ ਹਾਂ, ਅਤੇ ਨਾਲੇ ਆਪਾਂ ਨਮਕ ਪਾਵਾਂਗੇ। ਮੈਂ ਇੱਥੇ 1.5 ਚਮਚ ਨਮਕ ਪਾਵਾਂਗੀ, ਅਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਅਤੇ ਮਿਕਸ ਕਰਨ ਤੋਂ ਬਾਅਦ ਆਪਾਂ ਇਸ 'ਤੇ ਢੱਕਣ ਲਾ ਕੇ ਇਹਨੂੰ 2-3 ਮਿੰਟ ਵਾਸਤੇ ਪਕਾਵਾਂਗੇ, ਲੋ ਟੂ ਮੀਡੀਅਮ ਫਲੇਮ 'ਤੇ 3-4 ਮਿੰਟ ਪਕਾਈ ਲਵਾਂਗੇ। ਅਤੇ ਫਰੈਂਡ, ਸਬਜ਼ੀ ਨੂੰ ਮੈਂ 4 ਮਿੰਟ ਤੱਕ ਪਕਾਇਆ ਹੈ, ਅਤੇ ਹਲਕੀ ਜਿਹੀ ਇਹ ਸੋਫਟ ਹੋ ਚੁੱਕੀ ਹੈ ਕੈਰੀਆਂ ਜਿਹੜੀਆਂ ਆਪਾਂ ਪਾਈਆਂ ਸੀ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਗਰਮ ਪਾਣੀ ਪਾਵਾਂਗੇ, 1/2 ਕੁ ਗਿਲਾਸ, ਕਿਉਂਕਿ ਆਪਾਂ ਇਹ ਸਬਜ਼ੀ ਗ੍ਰੇਵੀ ਵਾਲੀ ਬਣਾਵਾਂਗੇ, ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਇਹ ਸਬਜ਼ੀ ਬਣਦੀ ਹੈ, ਇੱਕ ਵਾਰ ਤੁਸੀਂ ਜ਼ਰੂਰ ਬਣਾਇਓ ਜੇ। ਅਤੇ ਪਾਣੀ ਪਾਉਣ ਤੋਂ ਬਾਅਦ ਆਪਾਂ 2-3 ਮਿੰਟ ਹੋਰ ਪਕਾਵਾਂਗੇ। ਅਤੇ ਫਰੈਂਡ, 3 ਕੁ ਮਿੰਟ ਮੈਂ ਇਹਨੂੰ ਪਕਾਇਆ, ਅਤੇ ਸਬਜ਼ੀ ਜਿਹੜੀ ਸਾਡੀ ਜ਼ਿਆਦਾਤਰ ਪੱਕ ਚੁੱਕੀ ਹੈ। ਅਤੇ ਹੁਣ ਆਪਾਂ ਮਿੱਠਾ ਪਾਵਾਂਗੇ, ਮਿੱਠਾ ਤੁਸੀਂ ਗੁੜ ਦਾ ਇਸਤੇਮਾਲ ਵੀ ਕਰ ਸਕਦੇ ਹੋ, ਅਤੇ ਮੈਂ ਇੱਥੇ ਚੀਨੀ ਪਾਵਾਂਗੀ, ਖੰਡ, 3 ਕੁ ਚਮਚ ਆਪਾਂ ਚੀਨੀ ਪਾ ਦੇਵਾਂਗੇ ਇਸ 'ਚ,
ਤੁਸੀਂ ਮਿੱਠਾ ਅਤੇ ਨਮਕ ਚੈੱਕ ਕਰ ਸਕਦੇ ਹੋ ਲਾਸਟ ਵਿੱਚ, ਜਿਹੜੀ ਚੀਜ਼ ਤੁਹਾਨੂੰ ਘੱਟ ਲੱਗੇ ਉਹ ਤੁਸੀਂ ਪਾ ਸਕਦੇ ਹੋ। ਅਤੇ ਇਹਨੂੰ ਆਪਾਂ ਮਿਕਸ ਕਰ ਦਿੰਦੇ ਹਾਂ। ਕੈਰੀ ਕਈ ਵਾਰ ਬਹੁਤ ਹੀ ਖੱਟੀ ਵੀ ਹੁੰਦੀ ਹੈ ਅਤੇ ਕਈ ਵਾਰ ਘੱਟ ਖੱਟੀ ਹੁੰਦੀ ਹੈ, ਉਸ ਹਿਸਾਬ ਨਾਲ ਆਪਾਂ ਮਿੱਠਾ ਪਾਵਾਂਗੇ। ਅਤੇ ਇਹਨੂੰ 1 ਮਿੰਟ ਵਾਸਤੇ ਮੈਂ ਹੋਰ ਪਕਾਇਆ। ਅਤੇ ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ, ਬਹੁਤ ਹੀ ਜ਼ਿਆਦਾ ਟੇਸਟੀ ਅਤੇ ਵਧੀਆ। ਤੁਸੀਂ ਇਹ ਸਬਜ਼ੀ ਬਣਾ ਕੇ ਜ਼ਰੂਰ ਵੇਖਿਓ ਜੀ, ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ।